मैं नाही प्रभ सब किछ तेरा 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 इस संसार विच जुगां जुगां तों गुरु अते सिख दे प्यार दी महिमा गाई सुनी जांदी रही है। सिख हमेशा गुरु दे प्यार विच अपना तन मन धन कुर्बान करदे रहे हन। ते ऐसी ही एक गुरु प्यार नाल भरपूर साखी असीं तुहाडे वास्ते लै के आए हाँ। ये प्यार भरी गाथा है बाबा नंद लाल जी शहीद घड़ूए वालियां दी। गुरु नानक देव जी दे घर तों इस भंडारी परिवार नूं बहुत वड्डी बख्श प्राप्त होई। तीसरे गुरु नानक गुरु अमरदास जी ने बाबा नंद लाल जी भंडारी दे पिता बाबा रंगदास भंडारी दी सेवा अते सिमरन नूं वेखदे होया गुरसिक्खी दे प्रचार वास्ते 20वीं मंजी दी बख्शिश भंडारी परिवार नूं कर दित्ती। बाबा रंगदास जी भंडारी ने यह सेवा अपने सपुत्र नंद लाल भंडारी नूं सौंप दित्ती। ਅਤੇ ਬਾਬਾ ਨੰਦ ਲਾਲ ਜੀ ਨੇ ਗੁਰੂ ਘਰ ਦੀ ਇਸ ਬਖਸ਼ਿਸ਼ ਨੂੰ ਪ੍ਰਾਪਤ ਕਰਕੇ ਗੁਰਸਿੱਖੀ ਪ੍ਰਚਾਰ ਦੇ ਵਿੱਚ ਆਪਣਾ ਤਨ ਮਨ ਧਨ ਗੁਰੂ ਦੇ ਲੇਖੇ ਲਾ ਦਿੱਤਾ। ਬਾਬਾ ਨੰਦ ਲਾਲ ਜੀ ਦੀ ਯਾਦ ਨੂੰ ਦਰਸਾਉਂਦਾ ਹੋਇਆ ਇਹ ਪਵਿੱਤਰ ਸਥਾਨ ਚੰਡੀਗੜ੍ਹ ਤੋਂ ਲੁਧਿਆਣੇ ਜਾਂਦੇ ਹਾਂ ਖਰੜ ਤੋਂ ਤਕਰੀਬਨ 10-12 ਕਿਲੋਮੀਟਰ ਦੂਰ ਨਗਰ ਘੜੂਆ ਵਿਖੇ ਸਥਿਤ ਹੈ। ਇਸ ਇਲਾਕੇ ਦੇ ਵਿੱਚ ਵਿਦਿਅਕ ਸੰਸਥਾਵਾਂ ਦੀ ਭਰਮਾਰ ਹੈ। ਦੂਰ ਦੁਰਾਡੇ ਇਲਾਕਿਆਂ ਤੋਂ ਬੱਚੇ ਇੱਥੇ ਆ ਕੇ ਉੱਚੀ ਵਿੱਦਿਆ ਹਾਸਲ ਕਰਦੇ ਹਨ। ਇਲਾਕੇ ਵਿੱਚ ਖੁਸ਼ਹਾਲੀ ਹੈ। ਇਉਂ ਜਾਪਦਾ ਹੈ ਗੁਰੂ ਜੀ ਦੀ ਕਿਰਪਾ ਨਾਲ ਇਹ ਇਲਾਕਾ ਖੁਸ਼ਹਾਲ ਹੈ। ਪਿੰਡ ਵਿੱਚ ਵੜਦਿਆਂ ਹੀ ਖੱਬੇ ਹੱਥ ਬਹੁਤ ਵਿਸ਼ਾਲ ਇੱਕ ਟੋਭਾ ਨਜ਼ਰ ਆਉਂਦਾ ਹੈ ਜਿਹਨੂੰ ਪਾਂਡਵਾਂ ਦਾ ਸਰੋਵਰ ਵੀ ਕਿਹਾ ਜਾਂਦਾ ਹੈ ਕਿਉਂਕਿ ਇਸ ਇਲਾਕੇ ਦਾ ਇਤਿਹਾਸਕ ਮਹੱਤਵ ਪਾਂਡਵਾਂ ਨਾਲ ਵੀ ਜੋੜਦਾ ਹੈ। ਅੱਗੇ ਚੱਲਦਿਆਂ ਸਾਹਮਣੇ ਉਚਾਂਦ ਪੱਤੀ ਦਾ ਦਰਵਾਜ਼ਾ ਤੁਹਾਡਾ ਸਵਾਗਤ ਕਰਦਾ ਹੈ। ਦਰਵਾਜ਼ੇ ਵਿੱਚ ਵੜਦਿਆਂ ਸਾਹਮਣੇ ਇੱਕ ਪੁਰਾਤਨ ਖੂਹ ਨਜ਼ਰੀ ਆਉਂਦਾ ਹੈ। ਇਸ ਖੂਹ ਤੋਂ ਕਦੇ ਲੋਕ ਪਾਣੀ ਭਰਦੇ ਰਹੇ ਹਨ। ਇਹ ਖੂਹ ਦੇ ਨਾਲ ਹੀ ਸੱਜੇ ਪਾਸੇ ਇੱਕ ਛੋਟੀ ਜਿਹੀ ਗਲੀ ਕਿਉਂਕਿ ਪੁਰਾਤਨ ਨਗਰ ਦੀਆਂ ਭੀੜੀਆਂ ਗਲੀਆਂ ਵਿੱਚੋਂ ਗੁਜ਼ਰਦਿਆਂ ਸੱਜੇ ਖੱਬੇ ਵੇਖਦਿਆਂ ਸਾਹਮਣੇ ਗੁਰੂ ਘਰ ਦਾ ਇਹ ਜੋ ਦਰਸ਼ਨੀ ਦਰਵਾਜ਼ਾ ਹੈ ਉਹ ਨਜ਼ਰੀ ਆ ਜਾਂਦਾ ਹੈ। ਇਸ ਦਰਵਾਜ਼ੇ ਦੇ ਅੰਦਰ ਵੜਦਿਆਂ ਹੀ ਸਾਹਮਣੇ ਬੜਾ ਵਧੀਆ ਆਲੀਸ਼ਾਨ ਬਾਬਾ ਨੰਦ ਲਾਲ ਜੀ ਦਾ ਜਨਮ ਅਸਥਾਨ ਸੁਸ਼ੋਭਿਤ ਹੈ। ਬਾਬਾ ਰੰਗਦਾਸ ਨੇ ਸ਼ਹੀਦੀ ਰੰਗ ਰੰਗਿਆ ਨਾਮ ਦਾ ਆਨੰਦ ਮਾਂ ਨੰਦੀ ਕੋਲੋਂ ਮੰਗਿਆ ਨਾਮ ਦਾ ਆਨੰਦ ਮਾਂ ਨੰਦੀ ਕੋਲੋਂ ਮੰਗਿਆ ਬਾਬਾ ਰੰਗਦਾਸ ਨੇ ਸ਼ਹੀਦੀ ਰੰਗ ਰੰਗਿਆ ਨਾਮ ਦਾ ਆਨੰਦ ਮਾਂ ਨੰਦੀ ਕੋਲੋਂ ਮੰਗਿਆ ਨਾਮ ਦਾ ਆਨੰਦ ਮਾਂ ਨੰਦੀ ਕੋਲੋਂ ਮੰਗਿਆ ਜੱਗ ਤੋਂ ਨਿਰਾਲੀ ਹੁੰਦੀ ਸਾਧ ਸੰਗਤੇ ਜੱਗ ਤੋਂ ਨਿਰਾਲੀ ਹੁੰਦੀ ਸਾਧ ਸੰਗਤੇ
लाल जी धर्म ते सच लई शहीद हो गए बाबा नंद लाल जी। ਇਹ ਸੁੰਦਰ ਸਥਾਨ ਬਾਬਾ ਨੰਦ ਲਾਲ ਜੀ ਦਾ ਜਨਮ ਸਥਾਨ ਹੈ। ਇਸ ਸਥਾਨ ਉੱਤੇ ਰਹਿ ਕੇ ਬਾਬਾ ਜੀ ਨੇ ਗੁਰਸਿੱਖੀ ਦਾ ਪ੍ਰਚਾਰ ਕੀਤਾ। ਇਸ ਸਥਾਨ ਦੇ ਮੌਜੂਦਾ ਸੇਵਾਦਾਰ ਬਾਬਾ ਰੁਲਦਾ ਸਿੰਘ ਭੰਡਾਰੀ ਨੇ ਸੰਗਤਾਂ ਦੇ ਸਹਿਯੋਗ ਨਾਲ ਇਸ ਸਥਾਨ ਦੀ ਉਸਾਰੀ ਕਰਵਾਈ। ਸੋਹਣੇ ਸ਼ੀਸ਼ ਮਹਿਲ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ। ਗੁਰੂ ਕੇ ਲੰਗਰ ਚੱਲਦੇ ਹਨ, ਨਿਸ਼ਾਨ ਸਾਹਿਬ ਝੂਲਦੇ ਹਨ। ਗੁਰੂਆਂ ਦੇ ਪਵਿੱਤਰ ਦਿਹਾੜੇ ਪੂਰਨਮਾਸ਼ੀ ਸੰਗਰਾਂਦ ਸ਼ਰਧਾ ਨਾਲ ਮਨਾਏ ਜਾਂਦੇ ਹਨ। ਸਾਡੇ ਵੱਲੋਂ ਬਾਬਾ ਰੁਲਦਾ ਸਿੰਘ ਜੀ ਭੰਡਾਰੀ ਨੂੰ ਮਿਲ ਕੇ ਇਸ ਸਥਾਨ ਸੰਬੰਧੀ ਜਾਣਕਾਰੀ ਪ੍ਰਾਪਤ ਕੀਤੀ। ਬਾਬਾ ਜੀ ਨੇ ਸਾਨੂੰ ਵਿਸਥਾਰ ਪੂਰਵਕ ਇਸ ਸਥਾਨ ਬਾਰੇ ਜਾਣਕਾਰੀ ਦਿੱਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਮੈਂ ਇਸ ਸਥਾਨ ਦਾ ਮੁੱਖ ਸੇਵਾਦਾਰ ਰੁਲਦਾ ਸਿੰਘ ਭੰਡਾਰੀ। ਸਾਨੂੰ ਇਸ ਬਾਰੇ ਸਥਾਨ ਬਾਰੇ ਕੋਈ ਪਹਿਲਾਂ ਪਤਾ ਨਹੀਂ ਤਾ ਵੀ ਇਹ ਕਾਹਤੇ ਸਾਡੇ ਘਰ ਬਣੇ ਨਿਸ਼ਾਨ ਸਾਹਿਬ ਕਿਉਂ ਲੱਗਿਆ ਹੋਇਆ। ਫਿਰ ਅਸੀਂ ਇੱਥੇ ਖੰਡ ਪਾਠ ਸਾਹਿਬ ਕਰਾਏ ਤਾਂ ਇੱਕ ਗਿਆਨੀ ਜੀ ਨੇ ਸਾਨੂੰ ਦੱਸਿਆ ਕਿ ਤੁਹਾਨੂੰ 22 ਮੰਜੀਆਂ ਵਿੱਚੋਂ ਇੱਕ ਮੰਜੀ ਦੀ ਬਖਸ਼ਿਸ਼ ਹੋਈ ਹੋਈ ਹੈ। ਉਸ ਤੋਂ ਬਾਅਦ ਮੈਂ ਤਾਂ ਬੈਂਕ ਵਿੱਚ ਨੌਕਰੀ ਕਰਦਾ ਸੀ, ਉਸ ਤੋਂ ਬਾਅਦ ਅਸੀਂ ਇਹਦੀ ਸੇਵਾ ਸੰਭਾਲੀ ਅਤੇ ਮਹਾਰਾਜ ਪ੍ਰਕਾਸ਼ ਕਰਿਆ। ਪਹਿਲਾਂ ਮਹਾਰਾਜ ਪ੍ਰਕਾਸ਼ ਨਹੀਂ ਤਾ, ਅੱਛਾ ਜੀ, ਮਹਾਰਾਜ ਪ੍ਰਕਾਸ਼ ਕਰਿਆ ਅਤੇ ਸਹਿਜ ਪਾਠ ਸ਼ੁਰੂ ਕਰਤੇ ਅਤੇ ਇਸ ਸਥਾਨ ਦੀ ਸੇਵਾ ਕੀਤੀ। ਠੀਕ, ਜੋ ਕਿ ਅੱਜ ਆਪਣੇ ਸਾਹਮਣੇ ਆ, ਆਪਣੀ ਸਰਵਿਸ ਦੇ ਨਾਲ ਨਾਲ ਇਹਦੀ ਸੇਵਾ ਕੀਤੀ ਹੈ ਜੀ। ਬਾਬਾ ਰਘਵਦਾਸ ਭੰਡਾਰੀ, ਅੱਛਾ, ਜਿਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਦੇ ਵਿਆਹ ਵਿੱਚ ਆਪਣੀ ਅਹਿਮ ਭੂਮਿਕਾ ਨਿਭਾਈ ਆ। ਠੀਕ ਠੀਕ, ਉਹਨਾਂ ਦੀ ਗਾਹਾਂ ਲਾਲ ਚਲੀ ਆ ਰਹੀ ਆ। ਫਿਰ ਗੋਬਿੰਦ ਸਾਹਿਬ ਜਾ ਕੇ ਤੀਸਰੇ ਪਾਤਸ਼ਾਹ ਟਾਈਮ 'ਚ ਬੌਲੀ ਸਾਹਿਬ ਦੀ ਸੇਵਾ ਕਰਾਈ ਬਾਬਾ ਰੰਗਦਾਸ ਜੀ ਨੇ। ਬਾਬਾ ਰੰਗਦਾਸ ਭੰਡਾਰੀ ਨੇ ਉਹਨਾਂ ਨੂੰ ਖੁਸ਼ ਹੋ ਕੇ ਗੁਰੂ ਸਾਹਿਬ ਨੇ ਮੰਜੀ ਦੀ ਬਖਸ਼ਿਸ਼ ਕੀਤੀ। ਹੋਲੇ ਮਹੱਲੇ ਨੂੰ ਬਹੁਤ ਭਾਰੀ ਇਕੱਠ ਹੁੰਦਾ, ਦੀਵਾਨ ਲੱਗਦੇ ਆ, ਇੱਥੋਂ ਵੀ ਸੰਗਤਾਂ ਬੱਤੇ ਜਾਂਦੀਆਂ, ਨਗਰ ਕੀਰਤਨ ਰੂਪ 'ਚ ਬੱਤੇ ਜਾਂਦੀਆਂ। ਜ਼ਾਲਮਾਂ ਦੀ ਫੌਜ ਵਿੱਚ ਸ਼ੇਰ ਫਿਰੇ ਗੱਜਦਾ, ਜ਼ਾਲਮਾਂ ਦੀ ਫੌਜ ਵਿੱਚ ਸ਼ੇਰ ਫਿਰੇ ਗੱਜਦਾ, ਸੱਚ ਲਈ ਸ਼ਹੀਦ ਹੋ ਗਏ ਬਾਬਾ ਨੰਦ ਲਾਲ ਜੀ, ਧਰਮ ਤੇ ਸੱਚ ਲਈ ਸ਼ਹੀਦ ਹੋ ਗਏ ਬਾਬਾ ਨੰਦ ਲਾਲ ਜੀ। ਇਹ ਪਵਿੱਤਰ ਸਥਾਨ ਬਾਬਾ ਨੰਦ ਲਾਲ ਜੀ ਭੰਡਾਰੀ ਦਾ ਸਮਾਧੀ ਸਥਾਨ ਹੈ। ਨਗਰ ਘੜੂਏ ਤੋਂ ਤਕਰੀਬਨ 3 ਕਿਲੋਮੀਟਰ ਦੂਰ ਨਗਰ ਬੱਤਾ ਵਿਖੇ ਇਹ ਸਥਾਨ ਸਥਿਤ ਹੈ। ਇਸ ਸਥਾਨ 'ਤੇ ਬਾਬਾ ਜੀ ਨੇ ਸ਼ਹੀਦੀ ਪਾਈ ਔਰ ਇਸ ਸਥਾਨ 'ਤੇ ਸੰਗਤਾਂ ਬੜੇ ਪਿਆਰ ਨਾਲ ਨਤਮਸਤਕ ਹੁੰਦੀਆਂ ਹਨ। ਹਰ ਸਾਲ ਹੋਲਾ ਮਹੱਲਾ ਵਿਖੇ ਬਹੁਤ ਦੂਰ ਦੂਰ ਸੰਗਤਾਂ ਆ ਕੇ ਇਸ ਸਥਾਨ ਦੇ ਦਰਸ਼ਨ ਕਰਦੀਆਂ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਸਥਾਨ ਦੀ ਸੇਵਾ ਸੰਭਾਲ ਹੈ ਪਿੰਡ ਨਗਰ ਸਮੁੱਚੇ ਤੌਰ 'ਤੇ ਇੱਕ ਪਿੰਡ ਪੱਧਰ 'ਤੇ ਕਮੇਟੀ ਬਣੀ ਹੋਈ ਹੈ, ਜਿਸ ਦੇ ਪ੍ਰਧਾਨ ਸਰਦਾਰ ਗੁਰਬਚਨ ਸਿੰਘ ਜੀ ਬਾਸੀ ਅਤੇ ਦਾਸ ਜਨਰਲ ਸਕੱਤਰ ਗੁਰਪਾਲ ਸਿੰਘ ਹਰੀ ਅਤੇ ਮੀਤ ਪ੍ਰਧਾਨ ਸਰਦਾਰ ਜਗਦੇਵ ਸਿੰਘ ਜੀ ਬਾਸੀ ਔਰ ਸ਼੍ਰੀ ਧਰਮਪਾਲ ਜੀ ਸਟੋਰ ਇੰਚਾਰਜ, ਨੰਬਰਦਾਰ ਪਾਲ ਸਿੰਘ ਜੀ ਲੰਗਰ ਇੰਚਾਰਜ ਅਤੇ ਸਮੁੱਚਾ ਹੀ ਪਿੰਡ ਨਗਰ ਪੰਚਾਇਤ ਅਤੇ ਇਹ ਸਾਰਾ ਜੋ ਪ੍ਰੋਗਰਾਮ ਹੈ ਜਥੇਦਾਰ ਰੁਲਦਾ ਸਿੰਘ ਜੀ ਭੰਡਾਰੀ ਉਹਨਾਂ ਦੀ ਦੇਖ ਰੇਖ, ਉਹਨਾਂ ਦੀ ਦਿਆਂਤਦਾਰੀ ਦੇ ਨਾਲ, ਉਹਨਾਂ ਦੀ ਰਹਿਨੁਮਾਈ ਦੇ ਨਾਲ ਅਸੀਂ ਕਰ ਰਹੇ ਹਾਂ। ਜਿਸ ਸਥਾਨ 'ਤੇ ਅਸੀਂ ਬੈਠੇ ਹਾਂ ਬਹੁਤ ਹੀ ਛੋਟਾ ਜਿਹਾ ਸਥਾਨ ਸੀ, ਤੋ ਸੰਗਤਾਂ ਦੇ ਸਹਿਯੋਗ ਦੇ ਨਾਲ ਅਤੇ ਬਾਬਾ ਜੀ ਦੇ ਜੋ ਪਰਸਪਰ ਪਿਆਰ ਦੇ ਨਾਲ ਅਸੀਂ ਅਮਰ ਸ਼ਹੀਦ ਬਾਬਾ ਨੰਦ ਲਾਲ ਦੀ ਜੋ ਇਸ ਸਥਾਨ ਦੀ ਸੇਵਾ ਆਰੰਭ ਕੀਤੀ ਹੋਈ ਹੈ। ਇਸ ਲੜੀ ਦੇ ਵਿੱਚ ਆਉਣ ਵਾਲੀ ਜੋ ਕਿ 9 ਮਾਰਚ ਪੂਰਨਮਾਸ਼ੀ ਦੇ ਦਿਨ ਸਾਲਾਨਾ ਸ਼ਹੀਦੀ ਜੋੜ ਮੇਲਾ ਬੜੀ ਧੂਮਧਾਮ ਅਤੇ ਸ਼ਰਧਾ ਦੇ ਨਾਲ ਮਨਾਇਆ ਜਾਂਦਾ ਹੈ, ਜਿੱਥੋਂ ਦੇਸ਼ ਵਿਦੇਸ਼ ਤੋਂ ਸੰਗਤਾਂ ਇਲਾਕੇ ਤੋਂ ਇਸ ਸਥਾਨ ਦੀ ਮਿੱਟੀ ਨੂੰ ਨਤਮਸਤਕ ਹੋਣ ਵਾਸਤੇ ਲੱਖਾਂ ਦੀ ਤਾਦਾਦ ਦੇ ਵਿੱਚ ਬਹੁਤ ਹੀ ਸ਼ਰਧਾ ਦੇ ਨਾਲ ਪਿੰਡ ਸਥਾਨ ਦੇ ਉੱਤੇ
ਇਸ ਕਿਤਾਬ ਦੇ ਲੇਖਕ ਗਿਆਨੀ ਸੁਖਦੇਵ ਸਿੰਘ ਜੀ ਮਿਲੇ। ਉਹਨਾਂ ਨਾਲ ਅਸੀਂ ਇਸ ਇਤਿਹਾਸ ਬਾਰੇ ਕਾਫੀ ਵਿਚਾਰ ਕੀਤੇ। ਆਓ ਸੰਗਤਾਂ ਨਾਲ ਵੀ ਇਹ ਵਿਚਾਰਾਂ ਸਾਂਝੀਆਂ ਕਰਦੇ ਹਾਂ। ਗਿਆਨੀ ਜੀ, ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਬਹੁਤ ਮਿਹਨਤ ਕੀਤੀ, ਇਹ ਜੋ ਕਿਤਾਬ ਲਿਖੀ ਬਾਬਾ ਜੀ ਬਾਰੇ, ਉਹਨਾਂ ਸਾਰਾ ਪਿੱਛੋਂ ਕੁਰਸੀਨਾਮਾ ਤੁਸੀਂ ਲਿਆ, ਇਤਿਹਾਸ ਖੋਜਿਆ, ਗੋਇੰਦਵਾਲ ਵਿਖੇ ਨਗਰ ਬਟਾਲੇ ਵਿਖੇ ਜੋ ਸੇਵਾ ਕੀਤੀ ਇਸ ਪਰਿਵਾਰ ਨੇ, ਭੰਡਾਰੀ ਪਰਿਵਾਰ ਨੇ, ਸੋ ਸਾਰੀ ਦੀ ਤਰਤੀਬ ਇਸ ਕਿਤਾਬ 'ਚ ਲਿਖੀ ਹੈ। ਤੁਸੀਂ ਸਾਡੇ ਦਰਸ਼ਕਾਂ ਨੂੰ ਇਹ ਦੱਸਣ ਦੀ ਖਿਚਲਾ ਕਰੋ ਕਿ ਤੁਹਾਡੇ ਮਨ 'ਚ ਇਹ ਪਿਆਰ, ਇਹ ਸ਼ੌਂਕ, ਇਹ ਖੋਜ ਦਾ ਜਿਹੜਾ ਸੀ, ਇਹ ਚੱਕ ਕਿਵੇਂ ਉੱਠਿਆ, ਤੁਸੀਂ ਕਿਵੇਂ ਸ਼ੁਰੂਆਤ ਕੀਤੀ ਇਹਦੀ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਮਰ ਸ਼ਹੀਦ ਧੰਨ ਧੰਨ ਬਾਬਾ ਨੰਦ ਲਾਲ ਜੀ, ਜਿਨ੍ਹਾਂ ਦਾ ਜਨਮ ਅਸਥਾਨ ਪਿੰਡ ਘੜੂਆਂ ਵਿਖੇ ਹੈ, ਉਹਨਾਂ ਦੇ ਜੀਵਨ ਉੱਤੇ ਇਹ ਫਿਲਮ ਬਣਾਈ ਜਾ ਰਹੀ ਹੈ। ਸੰਨ 2011 ਵਿੱਚ ਬਾਬਾ ਨੰਦ ਲਾਲ ਜੀ ਦੀ ਅੰਸ਼ ਵੰਸ਼ ਬਾਬਾ ਜਾਮਨੀ ਦਾਸ ਭੰਡਾਰੀ, ਅੱਗੇ ਉਹਨਾਂ ਦੀ ਅੰਸ਼ ਵੰਸ਼ ਵਿੱਚੋਂ ਬਾਬਾ ਰੁਲਦਾ ਸਿੰਘ ਜੀ ਭੰਡਾਰੀ, ਇਹਨਾਂ ਦੇ ਨਾਲ ਦਾਸ ਦੀ ਮੁਲਾਕਾਤ ਹੋਈ ਅਤੇ ਇਹਨਾਂ ਨੇ ਬਾਬਾ ਨੰਦ ਲਾਲ ਜੀ ਬਾਰੇ 22 ਮੰਜੀਆਂ ਵਿੱਚੋਂ ਦਾਸ ਨੂੰ ਕੁਝ ਨੋਟਿਸ ਦਿੱਤੇ ਅਤੇ ਆਖਿਆ ਵੀ ਜੇ ਇਹਨਾਂ ਦੇ ਜੀਵਨ ਉੱਤੇ ਕੋਈ ਪੁਸਤਕ ਲਿਖੀ ਜਾਵੇ ਤਾਂ ਸੰਗਤਾਂ ਲਈ ਇਹ ਇੱਕ ਪ੍ਰੇਰਣਾ ਸਰੋਤ ਅਤੇ ਮਾਰਗ ਦਰਸ਼ਕ ਪੁਸਤਕ ਹੋਵੇਗੀ। ਅਤੇ ਉਦੋਂ ਤੋਂ ਦਾਸ ਨੇ ਪ੍ਰਣ ਕੀਤਾ ਕਿ ਬਾਬਾ ਨੰਦ ਲਾਲ ਜੀ ਦੇ ਜੀਵਨ 'ਤੇ ਪੁਸਤਕ ਲਿਖੀ ਜਾਵੇ, ਕਿਉਂਕਿ ਦਾਸ ਦਾ ਪਿੰਡ ਸੇਲ ਇੱਥੋਂ ਨੇੜੇ ਹੀ ਹੈ। ਹਰ ਸਾਲ ਅਸੀਂ ਵੀ ਇਸ ਅਸਥਾਨ 'ਤੇ ਬਾਬਾ ਨੰਦ ਲਾਲ ਜੀ ਦੇ ਸ਼ਹੀਦੀ ਦਿਹਾੜੇ 'ਤੇ ਸੰਗਤਾਂ ਦੇ ਨਾਲ ਨਤਮਸਤਕ ਹੋਣ ਵਾਸਤੇ ਆਉਂਦੇ ਸਾਂ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਦੇ ਮੌਕੇ 'ਤੇ ਨਗਰ ਬਟਾਲਾ ਵਿਖੇ, ਜਿੱਥੇ ਅੱਜ ਕੱਲ੍ਹ ਗੁਰਦੁਆਰਾ ਕੰਧ ਸਾਹਿਬ ਸੁਸ਼ੋਭਿਤ ਹੈ, ਬਾਬਾ ਨੰਦ ਲਾਲ ਜੀ ਦੇ ਵਡੇਰੇ ਬਾਬਾ ਰਘੂਵਰ ਦਾਸ ਭੰਡਾਰੀ ਜੀ ਨੇ ਬਹੁਤ ਵੱਡੀ ਭੂਮਿਕਾ ਨਿਭਾਈ ਅਤੇ ਵੱਧ ਚੜ੍ਹ ਕੇ ਸੇਵਾ ਵੀ ਕੀਤੀ। ਗੁਰੂ ਨਾਨਕ ਦੇਵ ਜੀ ਨੇ ਖੁਸ਼ ਹੋ ਕੇ ਭੰਡਾਰੀਆਂ ਨੂੰ ਵਰ ਦਿੱਤਾ ਕਿ ਭੰਡਾਰੀ ਹਮੇਸ਼ਾ ਭਰੇ ਰਹਿਣਗੇ। ਜਦੋਂ ਪਤਾ ਲੱਗਾ ਕਿ ਚੋਣੇ ਪਰਿਵਾਰ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਆਪਣੀ ਬੱਚੀ ਦਾ ਵਿਆਹ ਕਰਨ ਤੋਂ ਇਨਕਾਰ ਕਰ ਦੇਣਾ, ਤਾਂ ਇਹਨਾਂ ਨੇ ਸਲਾਹ ਕੀਤੀ ਕਿ ਸਤਿਗੁਰਾਂ ਨੂੰ ਇਸ ਤਰ੍ਹਾਂ ਨਹੀਂ ਤੋਰਨਾ, ਅਸੀਂ ਭੰਡਾਰੀਆਂ ਨੇ ਇਕੱਠੇ ਹੋ ਕੇ ਆਪਣੀ ਲੜਕੀ ਦਾ ਵਿਆਹ ਗੁਰੂ ਨਾਨਕ ਦੇਵ ਜੀ ਦੇ ਨਾਲ ਕਰ ਦੇਣਾ ਹੈ। ਗੁਰੂ ਨਾਨਕ ਸਾਹਿਬ ਜੀ ਦਾ ਆਨੰਦ ਕਾਰਜ ਵਿਆਹ ਹੋਇਆ ਅਤੇ ਇੱਧਰ ਰਘਵਰ ਦਾਸ ਭੰਡਾਰੀ ਨੇ ਸੇਵਾ ਕੀਤੀ। ਸੇਵਾ ਤੋਂ ਪ੍ਰਸੰਨ ਹੋ ਕੇ ਗੁਰੂ ਸਾਹਿਬ ਜੀ ਨੇ ਆਖਿਆ ਸੀ ਕਿ ਭੰਡਾਰੀ ਹਮੇਸ਼ਾ ਭਰਪੂਰ ਰਹਿਣਗੇ। ਬਾਬਾ ਰਘਵਰ ਦਾਸ ਭੰਡਾਰੀ ਦੇ ਸਪੁੱਤਰ ਸੰਤੋਖ ਦਾਸ ਸਨ। ਸੰਤੋਖ ਦਾਸ ਦੇ ਘਰਵਾਲੀ ਦਾ ਨਾਮ ਮਾਤਾ ਨਰੈਣੀ ਜੀ ਸੀ। ਮਾਤਾ ਨਰੈਣੀ ਜੀ ਅਤੇ ਸੰਤੋਖ ਦਾਸ ਦੇ ਘਰ ਇੱਕ ਬੱਚੇ ਨੇ ਜਨਮ ਲਿਆ, ਉਸ ਦਾ ਨਾਮ ਰੱਖਿਆ ਰੰਗ ਦਾਸ, ਜਿਨ੍ਹਾਂ ਨੂੰ ਅਸੀਂ ਬਾਬਾ ਰੰਗ ਦਾਸ ਭੰਡਾਰੀ ਕਹਿੰਦੇ ਹਾਂ। ਅਤੇ ਇਹ ਬੱਚਾ ਵੱਡਾ ਹੋਇਆ, ਗੁਰੂ ਅਮਰਦਾਸ ਮਹਾਰਾਜ ਗੁਰਗੱਦੀ ਉੱਤੇ ਬੈਠ ਕੇ ਸ਼੍ਰੀ ਗੋਇੰਦਵਾਲ ਸਾਹਿਬ ਵਿਖੇ ਮਨੁੱਖਤਾ ਦੀ ਕਲਿਆਣ ਕਰ ਰਹੇ ਸਨ ਅਤੇ ਇਹ ਬਾਬਾ ਰੰਗਦਾਸ ਭੰਡਾਰੀ, ਇਹਨਾਂ ਨੇ ਗੋਇੰਦਵਾਲ ਸਾਹਿਬ ਜਾ ਕੇ ਸੇਵਾ ਕੀਤੀ, ਸਿਮਰਨ ਕੀਤਾ। ਉਸ ਸੇਵਾ ਤੋਂ ਪ੍ਰਸੰਨ ਹੋ ਕੇ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਬਾਬਾ ਰੰਗਦਾਸ ਜੀ ਨੂੰ 20ਵੀਂ ਮੰਜੀ ਦਿੱਤੀ, ਕਿਉਂਕਿ ਜਿਹਨੂੰ ਵੀ ਗੁਰੂ ਸਾਹਿਬ ਮੰਜੀ ਦਿੰਦੇ ਸਨ ਉਹਨੂੰ ਆਪਣੀਆਂ ਤਾਕਤਾਂ ਦੇ ਨਾਲ ਨਿਵਾਜ ਦਿੰਦੇ ਸਨ, ਉਹਨੂੰ ਬ੍ਰਹਮ ਗਿਆਨੀ ਦੀ ਪਦਵੀ ਹਾਸਲ ਹੋ ਜਾਂਦੀ ਸੀ। ਉਹਨਾਂ ਨੇ ਹੁਸ਼ਿਆਰਪੁਰ, ਗੜ੍ਹ ਸ਼ੰਕਰ ਇਹ ਸਾਰੇ ਇਲਾਕੇ ਵਿੱਚ ਗੁਰਮਤ ਦਾ ਪ੍ਰਚਾਰ ਅਤੇ ਪ੍ਰਸਾਰ ਕੀਤਾ ਅਤੇ ਗੁਰਮਤ ਦਾ ਪ੍ਰਚਾਰ ਪ੍ਰਸਾਰ ਕਰਦਿਆਂ ਹੋਇਆਂ ਬਾਬਾ ਰੰਗਦਾਸ ਭੰਡਾਰੀ ਪਿੰਡ ਘੜੂਏ ਆ ਵਸੇ। ਔਰੰਗਜ਼ੇਬ ਬੜਾ ਤਵਸਵੀ ਕੱਟੜ ਮੁਸਲਮਾਨ ਸੀ। ਉਹ ਹਿੰਦੁਸਤਾਨ ਵਿੱਚ ਕੇਵਲ ਇੱਕ ਹੀ ਧਰਮ ਇਸਲਾਮ ਸਥਾਪਿਤ ਕਰਨਾ ਚਾਹੁੰਦਾ ਸੀ ਅਤੇ ਇੱਧਰ ਕਿਸੇ ਨੇ ਬਾਬਾ ਨੰਦ ਲਾਲ ਜੀ ਦੇ ਗੁਰਮਤ ਪ੍ਰਚਾਰ ਦੀ ਲਹਿਰ ਜੋ ਚਲਾਈ ਹੋਈ ਸੀ ਔਰੰਗਜ਼ੇਬ ਦੇ ਕੋਲ ਸ਼ਿਕਾਇਤ ਕਰ ਦਿੱਤੀ, ਕਿਉਂਕਿ ਬਾਬਾ ਰੰਗਦਾਸ ਭੰਡਾਰੀ ਗੁਰਮਤ ਦਾ ਪ੍ਰਚਾਰ ਪ੍ਰਸਾਰ ਸਾਰੀ ਜ਼ਿੰਦਗੀ ਕਰਦੇ ਰਹੇ ਅਤੇ ਇਹ ਡਿਊਟੀ ਅੱਗੇ
ਬਾਬਾ ਨੰਦ ਲਾਲ ਜੀ ਦੀ ਲਗਾ ਗਏ। ਬਾਬਾ ਨੰਦ ਲਾਲ ਜੀ ਗੁਰਮਤ ਦਾ ਪ੍ਰਚਾਰ ਪ੍ਰਸਾਰ ਕਰਦੇ ਸਨ। ਔਰੰਗਜ਼ੇਬ ਨੇ ਸਰਹੰਦ ਦੇ ਹਾਕਮਾਂ ਨੂੰ ਹੁਕਮ ਕਰ ਦਿੱਤਾ ਕਿ ਬਾਬਾ ਨੰਦ ਲਾਲ ਜੀ ਨੂੰ ਗ੍ਰਿਫਤਾਰ ਕਰਕੇ ਅਤੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਜਾਵੇ। ਔਰੰਗਜ਼ੇਬ ਇਹ ਹੁਕਮ ਕਰਕੇ ਅੱਗੇ ਲੰਘ ਗਿਆ। ਸਰਹੰਦ ਦੇ ਹਾਕਮ ਨੇ ਮੁਰਿੰਦੇ ਦੇ ਥਾਣੇਦਾਰ ਅੱਗੇ ਜਿਹੜੇ ਅਹਿਲਕਾਰ ਜਾਂ ਹਾਕਮ ਸਨ ਉਹਨਾਂ ਨੂੰ ਸੰਦੇਸ਼ ਭੇਜ ਦਿੱਤਾ ਕਿ ਘੜੂਏ ਦੇ ਬਾਬੇ ਨੰਦ ਲਾਲ ਨੂੰ ਗ੍ਰਿਫਤਾਰ ਕਰਕੇ ਉਹਨਾਂ ਨੂੰ ਵੀ ਸ਼ਹੀਦ ਕਰ ਦਿੱਤਾ ਜਾਵੇ। ਤਾਂ ਮੁਰਿੰਡੇ ਦੇ ਥਾਣੇਦਾਰ ਹਾਕਮਾਂ ਨੇ ਇਕੱਠੇ ਹੋ ਕੇ ਪੁਲਿਸ ਦੀ ਗਾਰਦ ਲੈ ਕੇ ਘੜੂਏ 'ਤੇ ਚੜ੍ਹਾਈ ਕਰ ਦਿੱਤੀ। ਬ੍ਰਹਮ ਗਿਆਨੀ ਧੰਨ ਧੰਨ ਬਾਬਾ ਨੰਦ ਲਾਲ ਜੀ ਨੂੰ ਜਦੋਂ ਪਤਾ ਲੱਗਾ, ਆਪ ਜੀ ਇੱਕ ਚਾਦਰ ਦੀ ਬੁੱਕਲ ਮਾਰ ਕੇ ਅਤੇ ਉਹ ਇਸ ਬੱਤੇ ਪਿੰਡ ਵੱਲ ਨੂੰ ਰਵਾਨਾ ਹੋ ਗਏ। ਬਾਬਾ ਨੰਦ ਲਾਲ ਜੀ ਦਾ ਪਿੱਛਾ ਕਰਦੀ ਹੋਈ ਮੁਗਲ ਫੌਜ ਪਿੰਡ ਬੱਤੇ ਪਹੁੰਚੀ ਅਤੇ ਇੱਥੇ ਘੇਰਾਬੰਦੀ ਹੋ ਗਈ। ਘਰ ਘਰ ਦੀ ਤਲਾਸ਼ੀ ਹੋਣੀ ਸ਼ੁਰੂ ਹੋ ਗਈ। ਬਾਬਾ ਨੰਦ ਲਾਲ ਜੀ ਨੇ ਵੇਖਿਆ ਵੀ ਹੁਣ ਇੱਥੋਂ ਬਚ ਕੇ ਜਾਣਾ ਮੁਸ਼ਕਲ ਹੈ, ਸ਼ਾਂਤਮਈ ਢੰਗ ਦੇ ਨਾਲ ਸ਼ਹੀਦੀ ਦੇ ਦੇਣੀ ਇਹ ਬਿਹਤਰੀ ਹੈ। ਬਾਬਾ ਜੀ ਇਸ ਅਸਥਾਨ ਉੱਤੇ ਆਪਣੀ ਚਾਦਰ ਆਪਣੇ ਸਰੀਰ ਉੱਤੇ ਓੜ ਕੇ ਲੇਟ ਗਏ ਅਤੇ ਬਾਬਾ ਜੀ ਜਦੋਂ ਸਰੀਰ ਦੇ ਉੱਤੇ ਚਾਦਰ ਓੜ ਕੇ ਲੇਟੇ, ਜਦੋਂ ਫੌਜ ਨੇ ਆ ਕੇ ਛਾਪਾ ਮਾਰਿਆ ਅਤੇ ਬਾਬਾ ਜੀ ਦੀ ਜਿਹੜੀ ਚਾਦਰ ਸੀ ਜ਼ਾਲਮਾਂ ਦੇ ਉਹ ਹੀ ਹੱਥ ਆਈ, ਬਾਬਾ ਨੰਦ ਲਾਲ ਜੀ ਸਮੇਤ ਸਰੀਰ ਸੱਚਖੰਡ ਚਲੇ ਗਏ ਸਨ। ਤਨ ਮਨ ਨਾਲ ਸੇਵਾ ਗੁਰਾਂ ਦੀ ਕਮਾ ਗਏ, ਨਾਮ ਰਹੇ ਜਪਦੇ ਤੇ ਨਾਮ ਚ ਸਮਾ ਗਏ, ਨਾਮ ਰਹੇ ਜਪਦੇ ਤੇ ਨਾਮ ਚ ਸਮਾ ਗਏ। ਤਨ ਮਨ ਨਾਲ ਸੇਵਾ ਗੁਰਾਂ ਦੀ ਕਮਾ ਗਏ, ਨਾਮ ਰਹੇ ਜਪਦੇ ਤੇ ਨਾਮ ਚ ਸਮਾ ਗਏ, ਨਾਮ ਰਹੇ ਜਪਦੇ ਤੇ ਨਾਮ ਚ ਸਮਾ ਗਏ। ਐਸੇ ਮਰ ਜੀਵੜੇ ਗੁਰਾਂ ਦੇ ਸਿੱਖ ਦੀ, ਐਸੇ ਮਰ ਜੀਵੜੇ ਨਗਰ ਘੜੂਏ ਵਿਖੇ ਇਹ ਜੋ ਸਥਾਨ ਹੈ ਇਹ ਬਾਬਾ ਨੰਦ ਲਾਲ ਜੀ ਭੰਡਾਰੀ ਦੇ ਭਰਾ ਬਾਬਾ ਜੈਮਨੀ ਭਾਨ ਜੀ ਦਾ ਅੰਗੀਠਾ ਹੈ। ਭੰਡਾਰੀ ਪਰਿਵਾਰ ਵਿੱਚ ਜਦੋਂ ਕੋਈ ਮੈਂਬਰ ਸੀ ਛੱਡਦਾ ਹੈ ਤਾਂ ਇਸ ਸਥਾਨ ਉੱਤੇ ਹੀ ਸੰਸਕਾਰ ਕੀਤਾ ਜਾਂਦਾ ਹੈ। ਸ਼ਹੀਦੋਂ ਕੀ ਕਤਲਗਾਹ ਸੇ ਕਿਆ ਬਿਹਤਰ ਕਾਬਾ, ਸ਼ਹੀਦੋਂ ਕੀ ਖਾਕ ਪੇ ਤੋ ਖੁਦਾ ਵੀ ਕੁਰਬਾਨ ਹੋਤਾ ਹੈ। ਸੋ ਸਾਧ ਸੰਗਤ ਜੀਓ, ਇਸ ਸਥਾਨ ਦੀ ਸੇਵਾ ਬਾਬਾ ਰੁਲਦਾ ਸਿੰਘ ਜੀ ਭੰਡਾਰੀ ਬੜੇ ਪਿਆਰ ਅਤੇ ਸ਼ਰਧਾ ਨਾਲ ਕਰ ਰਹੇ ਹਨ। ਗੁਰਸਿੱਖੀ ਪ੍ਰਚਾਰ ਵਾਸਤੇ ਇਸ ਸਥਾਨ ਦੇ ਉੱਤੇ ਗੁਰਮਤ ਸੰਗੀਤ ਅਕੈਡਮੀ ਵੀ ਚੱਲ ਰਹੀ ਹੈ। ਸੰਥਿਆ ਗੁਰਬਾਣੀ ਦੀ ਬੱਚਨ ਕਰਵਾਈ ਜਾਂਦੀ ਹੈ ਅਤੇ ਨੌਜਵਾਨ ਬੱਚੇ ਗੱਤਕਾ ਵੀ ਸਿੱਖਦੇ ਹਨ। ਬਾਬਾ ਜੀ ਦੇ ਜੀਵਨ ਸਾਥੀ ਮਾਤਾ ਕਿਰਨ ਕੌਰ ਜੀ ਨੇ ਵੀ ਰੱਜ ਕੇ ਗੁਰੂ ਘਰ ਦੀ ਸੇਵਾ ਕੀਤੀ, ਪਰ ਕੁਝ ਸਮੇਂ ਪਹਿਲਾਂ ਉਹ ਸਾਥੋਂ ਵਿਛੜ ਗਏ। ਬਾਬਾ ਜੀ ਦਾ ਜੋ ਰਿਹਾਇਸ਼ੀ ਘਰ ਹੈ ਆਪਾਂ ਦੇਖ ਰਹੇ ਹਾਂ ਕਿ ਪੁਰਾਤਨ ਦਿੱਖ ਵਾਲਾ ਇਹ ਘਰ ਬਾਬਾ ਜੀ ਦਾ ਰਿਹਾਇਸ਼ੀ ਘਰ ਹੈ। ਇੱਥੇ ਰਹਿ ਕੇ ਹੀ ਬਾਬਾ ਜੀ ਇਸ ਵੱਡੇ ਸਥਾਨ ਦੀ ਸੇਵਾ ਸੰਭਾਲ ਕਰਦੇ ਹਨ। ਗੁਰੂ ਕੇ ਲੰਗਰ ਬਣਾਉਣ ਵਾਸਤੇ ਸਾਹਮਣੇ ਹੀ ਇੱਕ ਵੱਡਾ ਸ਼ੈੱਡ ਤਿਆਰ ਕੀਤਾ ਗਿਆ ਹੈ, ਜਿਹਦੇ ਵਿੱਚ ਗੁਰੂ ਕੇ ਲੰਗਰ ਤਿਆਰ ਕਰਕੇ ਸੰਗਤਾਂ ਨੂੰ ਵਰਤਾਏ ਜਾਂਦੇ ਹਨ। ਹਰ ਇੱਕ ਚੀਜ਼ ਨੂੰ ਬੜੇ ਅੱਛੇ ਤਰੀਕੇ ਨਾਲ ਸੰਭਾਲਿਆ ਗਿਆ ਹੈ। ਪੁਰਾਣੇ ਘਰ ਵਿੱਚ ਅਜੇ ਵੀ ਉਹ ਨਲਕਾ ਮੌਜੂਦ ਹੈ ਅਤੇ ਪਾਣੀ ਦਿੰਦਾ ਹੈ। ਬਾਬਾ ਜੀ ਦੇ ਸਪੁੱਤਰ ਹਰਪ੍ਰੀਤ ਸਿੰਘ ਹੁਣੀ ਵੀ ਵੱਧ ਚੜ੍ਹ ਕੇ ਗੁਰੂ ਘਰ ਦੀ ਸੇਵਾ ਕਰਦੇ ਹਨ ਅਤੇ ਬਾਬਾ ਜੀ ਦਾ ਸਾਰਾ ਪਰਿਵਾਰ ਇੱਕ ਖੁਸ਼ਹਾਲ ਪਰਿਵਾਰ ਹੈ, ਗੁਰੂ ਘਰ ਦੀ ਸੇਵਾ ਕਰਨ ਵਾਲਾ ਪਰਿਵਾਰ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਇਸ ਸਥਾਨ 'ਤੇ ਇਕੱਠੇ ਹੋਏ ਹਾਂ। ਇਹ ਸਥਾਨ ਬਾਬਾ ਨੰਦ ਲਾਲ ਜੀ ਸ਼ਹੀਦ ਦੇ ਨਾਂ 'ਤੇ ਬਣਿਆ ਹੋਇਆ ਹੈ ਅਤੇ ਇਹ ਅਕੈਡਮੀ ਬਾਬਾ ਨੰਦ ਲਾਲ ਜੀ ਦੇ ਨਾਂ 'ਤੇ ਚੱਲ ਰਹੀ ਹੈ। ਇਹ ਅਕੈਡਮੀ ਪਿਛਲੇ 7 ਸਾਲਾਂ ਤੋਂ ਚੱਲ ਰਹੀ ਹੈ ਅਤੇ ਇਹ ਅਕੈਡਮੀ ਬਾਬਾ ਰੁਲਦਾ ਸਿੰਘ ਜੀ ਭੰਡਾਰੀ ਦੇ ਅਗਵਾਈ ਦੇ ਹੇਠ ਵੀ ਚੱਲ ਰਹੀ ਹੈ। ਇਸ ਅਕੈਡਮੀ ਦੇ ਵਿੱਚ ਜੋ ਕਿ ਸਾਡੇ ਉਸਤਾਦ ਨੇ, ਉਹਨਾਂ ਦਾ ਨਾਂ ਹੈ ਸਰਦਾਰ ਹਰਪਾਲ ਸਿੰਘ ਸਨੇਹੀ, ਜੋ ਕਿ ਸਾਨੂੰ ਪਿਛਲੇ 7 ਸਾਲਾਂ ਤੋਂ ਰਾਗਾਂ ਦੇ ਵਿੱਚ, ਰੀਤਾਂ ਦੇ ਵਿੱਚ ਕੀਰਤਨ ਦੀ ਸਿਖਲਾਈ ਦੇ ਰਹੇ ਹਨ ਅਤੇ ਉਹਨਾਂ ਦਾ ਸੁਭਾਅ ਬੜਾ ਪਿਆਰ ਅਤੇ ਸਨੇਹ ਵਾਲਾ ਹੈ ਅਤੇ ਉਹ ਸਾਨੂੰ ਬੜੇ ਪਿਆਰ ਅਤੇ ਸਨੇਹ ਦੇ ਨਾਲ ਕੀਰਤਨ ਦੀ ਸਿਖਲਾਈ ਦਿੰਦੇ ਹਨ। ਇੱਥੇ ਗੱਤਕਾ ਅਤੇ ਤਬਲੇ ਦੀ ਸਿਖਲਾਈ ਵੀ ਦਿੱਤੀ ਜਾਂਦੀ ਹੈ ਅਤੇ ਨਾਲ ਸੰਥਿਆ ਦੀ ਵੀ ਸਿਖਲਾਈ ਬੱਚਿਆਂ ਨੂੰ ਬੜੇ ਪਿਆਰ ਅਤੇ ਸਤਿਕਾਰ ਦੇ ਨਾਲ ਦਿੱਤੀ ਜਾਂਦੀ ਹੈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅਸੀਂ ਅੱਜ ਇੱਥੇ ਖੜ੍ਹੇ ਹਾਂ ਸ਼ਹੀਦ ਬਾਬਾ ਨੰਦ ਲਾਲ ਜੀ ਸਿੰਘ ਜੀ ਦੇ ਅਸਥਾਨ 'ਤੇ, ਅਤੇ ਇੱਥੇ ਗੁਰਮਤ ਸੰਗੀਤ ਅਕੈਡਮੀ ਬਾਬਾ ਰੁਲਦਾ ਸਿੰਘ ਜੀ ਭੰਡਾਰੀ ਪਿਛਲੇ 7 ਸਾਲਾਂ ਤੋਂ ਚਲਾ ਰਹੇ ਨੇ। ਅਤੇ ਜਦੋਂ ਇਸ ਅਕੈਡਮੀ ਦੀ ਆਰੰਭਤਾ ਹੋਈ ਸੀ, ਉਸ ਵੇਲੇ ਮੈਨੂੰ ਵੀ ਇੱਕ ਸੁਭਾਗਾ ਸਮਾਂ ਮਿਲਿਆ ਕਿ ਮੈਂ ਇਸ ਅਕੈਡਮੀ ਦਾ ਹਿੱਸਾ ਬਣ ਸਕੀ। ਅਤੇ ਉਦੋਂ ਤੋਂ ਲੈ ਕੇ ਹੁਣ ਤੱਕ ਮੈਨੂੰ 7 ਸਾਲ ਹੋ ਗਏ ਇਸ ਅਕੈਡਮੀ ਨਾਲ ਜੁੜਿਆਂ। 4 ਸਾਲ ਹਰਪਾਲ ਸਿੰਘ ਜੀ ਸਨੇਹੀ ਉਸਤਾਦ ਜੀ ਤੋਂ ਸਿੱਖਣ ਤੋਂ ਬਾਅਦ ਇਸ ਅਕੈਡਮੀ ਦੇ ਵਿੱਚ ਮੈਨੂੰ ਪਟਿਆਲਾ ਯੂਨੀਵਰਸਿਟੀ ਵਿਖੇ ਐਡਮਿਸ਼ਨ ਮਿਲੀ। ਗੁਰਮਤਿ ਸੰਗੀਤ ਦੀ ਮੈਂ MA ਕੀਤੀ। ਇਸ ਅਕੈਡਮੀ ਦੇ ਸਦਕਾ ਹੀ ਮੈਂ ਇਸ ਇੰਨੀਆਂ ਬੁਲੰਦੀਆਂ ਛੂਹ ਸਕੀ, ਅਤੇ ਮੈਂ ਅੱਜ ਵੀ ਕੀਰਤਨ ਦੇ ਨਾਲ ਜੁੜੀ ਹੋਈ ਹਾਂ। ਅਤੇ ਗੁਰਸਿੱਖੀ ਦਾ ਵੀ ਪ੍ਰਚਾਰ ਹੋ ਰਿਹਾ ਸਾਡੇ ਪਿੰਡ ਦੇ ਬਹੁਤ ਸਾਰੇ ਬੱਚੇ ਜਿਹੜੇ ਸਿੱਖੀ ਤੋਂ ਦੂਰ ਸੀ, ਕੀਰਤਨ ਦੀ ਪ੍ਰਥਾ ਤੋਂ ਦੂਰ ਸੀਗੇ, ਉਹ ਹੁਣ ਨਿਰੰਤਰ ਇਸ ਪ੍ਰਥਾ ਦੇ ਨਾਲ ਜੁੜ ਗਏ ਨੇ ਪਿਛਲੇ 7 ਸਾਲਾਂ ਤੋਂ। ਇਸ ਅਕੈਡਮੀ ਨੇ, ਬਾਬਾ ਜੀ ਨੇ ਆਪਣੀਆਂ ਇੰਨੀਆਂ ਮਿਹਨਤਾਂ ਕਰਕੇ ਇੱਕ ਪਿਰਤ ਪਾ ਦਿੱਤੀ ਹੈ ਇੱਥੇ, ਕਿ ਇਹ ਅਕੈਡਮੀ ਹੁਣ ਨਿਰੰਤਰ ਬੱਚੇ ਇੱਥੇ ਆਉਂਦੇ ਨੇ ਅਤੇ ਅੱਜ ਵੀ ਗੁਰਮਤ ਦੀ ਸਿੱਖਿਆ ਪ੍ਰਾਪਤ ਕਰਦੇ ਨੇ ਜੀ। ਸਿੱਖੋ ਸ਼ਬਦ ਪਿਆਰਿਓ, ਜਨਮ ਮਰਨ ਕੀ ਟੇਕ, ਮੁੱਖ ਉਜਲ ਸਦਾ ਸੁਖੀ, ਨਾਨਕ ਸਿਮਰਤ ਏਕ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂਆਂ ਦਾ ਬਖਸ਼ਿਆ ਹੋਇਆ ਗੁਰਮਤਿ ਸੰਗੀਤ, ਜਿਸ ਦੀ ਸੇਵਾ ਬਾਬਾ ਰੁਲਦਾ ਸਿੰਘ ਜੀ ਭੰਡਾਰੀ, ਗੁਰਦੁਆਰਾ ਸਾਹਿਬ ਸ਼ਹੀਦ ਬਾਬਾ ਨੰਦ ਲਾਲ ਜੀ ਭੰਡਾਰੀ ਘੜੂਆਂ ਵਿਖੇ ਨਿਭਾ ਰਹੇ ਹਨ। ਪਿਛਲੇ 7 ਸਾਲਾਂ ਤੋਂ ਅਸੀਂ ਵਿਦਿਆਰਥੀ ਸਤਿਕਾਰਯੋਗ ਭਾਈ ਹਰਪਾਲ ਸਿੰਘ ਸਨੇਹੀ ਜੀ ਦੇ ਮਾਰਗ ਦਰਸ਼ਨਾਂ ਸਦਕਾ ਇਸ ਅਕੈਡਮੀ ਤੋਂ ਸੰਗੀਤ ਸਿੱਖਿਆ ਲੈ ਰਹੇ ਹਾਂ। ਇਸ ਅਕੈਡਮੀ ਤੋਂ ਸਿੱਖਿਆ ਲੈ ਕੇ ਅੱਜ ਮੈਂ ਨੌਕਰੀ ਦੇ ਨਾਲ ਨਾਲ ਕੀਰਤਨ ਦੀ ਸੇਵਾ ਨਿਭਾ ਰਿਹਾ ਹਾਂ। ਇਸ ਅਕੈਡਮੀ ਦੇ ਸਦਕਾ ਅੱਜ ਮੈਂ ਸਕੂਲ ਦੇ ਵਿੱਚ ਸੰਗੀਤ ਅਧਿਆਪਕ ਦੀ ਨੌਕਰੀ ਕਰ ਰਿਹਾ। ਪੜ੍ਹਾਈ ਦੇ ਨਾਲ ਨਾਲ ਇਸ ਅਕੈਡਮੀ ਤੋਂ ਸੰਗੀਤ ਦੀ ਸਿੱਖਿਆ ਪ੍ਰਾਪਤ ਕਰਕੇ ਮੈਂ ਅੱਜ ਮਿਊਜ਼ਿਕ ਡਾਇਰੈਕਸ਼ਨ ਦਾ ਕੰਮ ਵੀ ਕਰ ਰਿਹਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸੰਗਤ ਨੂੰ ਬੇਨਤੀ ਹੈ ਕਿ ਭਾਈ ਇਹ ਜਿਹੜੀ ਫਿਲਮ ਤਿਆਰ ਹੋ ਰਹੀ ਹੈ, ਇਹ ਹੋਲੇ ਮਹੱਲੇ 'ਤੇ ਸੰਗਤ ਨੂੰ ਵਿਖਾਉਣੀ ਹੈ, ਅਤੇ ਇਲਾਕੇ ਦੀਆਂ ਸੰਗਤਾਂ ਨੂੰ, ਨਗਰ ਦੀ ਸੰਗਤ ਨੂੰ, ਬੱਤੇ ਦੀ ਸੰਗਤ ਨੂੰ ਬੇਨਤੀ ਹੈ ਕਿ ਸਮੇਂ ਸਿਰ ਪਹੁੰਚ ਕੇ ਸਾਰੀਆਂ ਸੰਗਤਾਂ ਨੇ ਇਸ ਫਿਲਮ ਦੇ ਦਰਸ਼ਨ ਦੀਦਾਰੇ ਕਰਕੇ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚਰਨ ਪਰਸਨੇ ਨੇ, ਅਤੇ ਅਮਰ ਸ਼ਹੀਦ ਬਾਬਾ ਨੰਦ ਲਾਲ ਜੀ, ਸ਼ਹੀਦੋਂ ਕੀ ਚਿਤਾਵਾਂ ਪੇ ਲਗੇਂਗੇ ਹਰ ਵਰਸ ਮੇਲੇ, ਵਤਨ ਪੇ ਮਰਨੇ ਵਾਲੋਂ ਕਾ ਬਾਕੀ ਇਹੀ ਨਿਸ਼ਾ ਹੋਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚ ਲਈ ਸ਼ਹੀਦ ਹੋ ਗਏ ਬਾਬਾ ਨੰਦ ਲਾਲ ਜੀ, ਹਰ ਮਤ ਸੱਚ ਲਈ ਸ਼ਹੀਦ।